ਏ ਆਕਾਸ਼ਵਾਨੀ ਜੰਮੂ ਹੈ ਡੋਗਰੀ ਖਬਰਾਂ ਤੁੰਨ ਦਾ ਸਵਾਗਤ ਪਹਿਲੇ ਖਾਸ ਖਬਰਾਂ ਕਰਨੇ ਮੈਂ ਮਨੋਜ ਡੋਗਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰ ਜਾਪਾਨ ਪਾਪੂਆ ਨਿਯੂਗਿਨੀ ਤੇ ਆਸਟ੍ਰੇਲੀਆ ਦੇ ਦੌਰੇ ਤਹਿਤ ਅੱਜ ਇਰੋਸ਼ੀਮਾ ਪਹੁੰਚੀ ਗਏ ਨੇ ਜਿੱਥੇ ਉਹ ਜੀ7 ਸ਼िखर ਸੰਮੇਲਨ ਚ ਹਿੱਸਾ ਲੈਂਗਣ ਪ੍ਰਧਾਨ ਮੰਤਰੀਓਰੇ ਆਖਿਆ ਇਹ ਜੀ7 ਸ਼िखर ਸੰਮੇਲਨ ਚ ਹੁੰਦੀ ਮੌਜੂਦਗੀ ਇਸ ਕਰੀਏ ਮਤੀ ਮਹੱਤਵਪੂਰਨ ਹੈ ਕਿ ਜੇ ਭਾਰਤ ਇਸ ਬਰੇ ਜੀ20 ਸਮੂਹ ਦੀ ਪ੍ਰਧਾਨਤਾ ਕਰਾ ਦਦਾ ਹੈ ਮਾਲੀ ਬਰੇ 2022 ਤੇ 23 ਦੌਰਾਨ ਮੁਲਕੇ ਚ ਰੱਖਿਆ ਉਤਪਾਦਨ ਦਾ ਖੇਤਰ ਪਹਿਲੀ ਵਾਰ ਹੀ 1 ਲੱਖ ਕਰੋੜ ਰੁਪਏ ਦੇ ਆਕੜੇ ਕੀ ਪਾਰ ਕਰੀ ਗਿਆ ਹੈ ਕੇਂਦਰੀ ਮੰਤਰੀ ਡਾਕਟਰ ਜਤਿੰਦਰ ਸਿੰਘ ਗੋਰੇ ਸ਼ੰਗਾਈ ਸਹਿਯੋਗ ਸੰਗਠਨ ਦੇ ਮੁਲਕੀય ਵਿਚਾਰ ਵਿਗਿਆਨ ਟੈਕਨੋਲੋਜੀ ਤੇ ਨਵੀਂ ਕਾਢਾਂ ਦੇ ਖੇਤਰ ਵਿੱਚ ਸਾਂਝੇ ਸਹਿਯੋਗ ਦੇ ਮਹੱਤਵ ਉੱਪਰ ਬਲ ਦਿੱਤਾ ਹੈ ਖਬਰਾਂ ਦੀ ਤਫਸੀਲ ਕਰਨੇ ਵਿਜੇ ਪਾਜਾਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਰ ਤਿੰਨ ਮੁਲਕਾਂ ਜਪਾਨ ਪਾਪੂਆ ਨਿਊ ਗਿਨੀ ਤੇ ਆਸਟ੍ਰੇਲੀਆ ਦੇ ਦੌਰੇ ਤਹਿਤ ਅੱਜ ਜਪਾਨ ਦੇ ਹਿਰੋਸ਼ਿਮਾ ਸ਼ਹਿਰ ਪੁਰਜੀ ਕੇਨ ਜਿੱਥੇ ਉਹ ਜੀ7 ਸ਼ਿਖਰ ਸੰਮੇਲਨ ਚ ਸਾਲੈਂਗਨ ਹਿਰੋਸ਼ਿਮਾ ਪੁਜਨੇਪਰ ਪ੍ਰਧਾਨ ਮੰਤਰੀ ਹੁੰਦਾ ਉੱਥੇ ਨਿੱਗਾ ਸਵਾਗਤ ਕੀਤਾ ਗਿਆ ਮੋਦੀ ਉਹ ਅਜ ਬੱਡਲੇ ਤ੍ਰਉ ਮੁਲਕਾਂ ਦੇ ਦੌਰੇ ਲਈ ਰਵਾਨਾ ਹੋਏ ਹੈ ਆਪਣੇ ਦੌਰੇ ਦੀ ਦੂਈ ਪੜਾਅ ਤਹਿਤ ਪ੍ਰਧਾਨ ਮੰਤਰੀ ਔਰ ਐਤਵਾਰ ਨੂੰ ਸੰਯਨਲ ਪਾਪੂਆ ਨਿਊ ਗਿਨੀ ਪੁਜਗਨ ਆਪਣੇ ਦੌਰੇ ਦੇ ਤ੍ਰਿਏ ਚਰਨ ਤਹਿਤ ਮੋਦੀ ਔਰ ਸੋਮਵਾਰ ਨੂੰ ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਚ ਪੁਜਗਨ ਪ੍ਰਧਾਨ ਮੰਤਰੀ ਔਰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ਨ ਦੇ ਸਾਥ ਦੇ ਪਰ ਸਿਡਨੀ ਜਾ ਕਰ ਦਿਨਾ जापान ਚ ਜੀ7 ਸ਼ਿਖਰ ਸੰਮੇਲਨ ਚ ਹਸਲਣੇ ਪ੍ਰੰਤ ਪ੍ਰਧਾਨ ਮੰਤਰੀ ਔਰ ਪਾਪਵਾ ਨਿਊ ਗਿਨੀ ਜਾੰਗਨ ਜਿਥੋਂ ਦਾ ਦਰਵਾ ਲਾਣੇ ਵਾਲੇ ਉਪਰ ਦੇ ਪਹਿਲੇ ਪ੍ਰਧਾਨ ਮੰਤਰੀਓਂ ਗਨ ਮੋਦੀਓਂ ਨੇ ਆਖਿਆ ਜਿਓ ਉਹ ਉੱਥੇ ਪਾਪਵਾ ਨਿਊ ਗਿਨੀ ਦੇ ਪ੍ਰਧਾਨ ਮੰਤਰੀ ਜੇਮਸ ਮਾਰਾਪਿਉਂ ਦੇ ਕਰਨੇ ਸਾਂਝੇ ਤੌਰ 'ਤੇ ਭਾਰਤ ਪ੍ਰਸ਼ਾਂਤ ਟਾਪੂ ਸਰਬੰਧੀ ਸਾਂਝੋਗ ਵਾਲੇ ਫੋਰਮ ਦੇ ਤ੍ਰਿਏ ਸੰਮੇਲਨ ਦੀ ਮੇਜ਼ਬਾਨੀ ਕਰਨਗਨ ਮੋਦੀਓਂ ਨੇ 2014 ਚ ਫਿਜੀ ਦੇ ਆਪਣੇ ਦੌਰੇ ਦੌਰਾਨ ਇਸ ਫੋਰਮ ਦੀ ਸ਼ੁਰੂ ਕਰਵਾਇਆ ਹ। ਪ੍ਰਧਾਨ ਮੰਤਰੀ ਹੋਰ ਇਸ ਮੌਕੇ ਪਾਪਵਾ ਨਿਊ ਗਿਨੀ ਦੇ ਗਵਰਨਰ ਜਨਰਲ ਬੌਬ ਡਾਡੇ ਤੇ ਪ੍ਰਧਾਨ ਮੰਤਰੀ ਮਾਰਾ ਪਿਉਣ ਦੇ ਕਨੇ ਤਪੱਕੀ ਬੈਠਕਾਂ ਬਿਲੰਗਨ ਆਸਟ੍ਰੇਲੀਆ ਪੁੱਜਨੇ ਪਰ ਪ੍ਰਧਾਨ ਮੰਤਰੀ ਹੋਰ ਉਥੋਂ ਦੇ ਵੱਡੇ ਕਾਰੋਬਾਰੀ ਨੇਤਾਇ ਤੇ ਮੁੱਖ ਕਾਰਜਕਾਰੀ ਅਧਿਕਾਰੀਆਂ ਕਨੇ ਗੱਲਬਾਤ ਕਰਨਗਨ ਤੇ ਸਿਡਨੀ ਚ ਇੱਕ ਵਿਸ਼ੇਸ਼ ਕਾਰਜਕ੍ਰਮ ਦਰਾਨ ਭਾਰਤੀ ਸਮੁਦਾਇ ਦੇ ਲੋਕਾਂ ਕੀ ਸੰਬੋਧਿਤ ਕਰਨਗਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਕਿਆਜੀਓ ਜੀ7 ਸਮੂਹ ਦੇ ਮੁਲਕੇ ਤਿੰਨ ਦੇ ਸ਼ਿਖਰ ਸੰਮੇਲਨ ਲਈ ਸੱਦੇ ਗਦੇ ਔਰ ਨੇ ਪਿਆਲ ਮੁਲਕੇ ਕਨੇ ਓਕੜੇ ਵਿਸ਼ੇ ਪਰ ਵਿਚਾਰ ਸਾਂਝੇ ਕਰਨਗਨ ਜਿਹੜੇ ਕੋਲ ਸੰਸਾਰੀ ਸੱਤੇ ਪਰ ਮੌਜੂਦ ਚੁਣੌਤੀਆਂ ਕਨੇ ਸਰਬੰਧਤ ਨ ਅੱਜ ਜਾਪਾਨ ਲਈ ਰਵਾਨਾ ਹੋ ਨਿਸ਼ਾ ਪਹਿਲੇ ਮੋਦੀਓ ਨੇ ਆਖਿਆ ਜੇ ਜੀ7 ਸ਼ਿਖਰ ਸੰਮੇਲਨ ਚੁੰਦੀ ਮੌਜੂਦਗੀ ਇਸ ਕਰੀਏ ਮਤੀ ਮੱਤ ਪੂਰਨ ਹੈ ਕਿ ਜੇ ਇਸ ਬਰੇ ਭਾਰਤ ਜੀ20 ਸਮੂਹ ਦੀ ਪ੍ਰਧਾਨਤਾ ਕਰਾਰ ਦੈ ਮੋਦੀ ਔਰ ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾਉਂ ਦੇ ਸਾਥ ਦੇ ਪਰ ਜੀ7 ਸ਼ਿਖਰ ਸੰਮੇਲਨ ਚ ਇਸ ਹਾਲ ਲੰਗਨ ਪਰਧਨ ਮੰਤਰੀ ਉਰਿਸਦਰਾਂ ਕਈ ਔਰ ਨੇਤਾਇ ਕੰਨੇ ਦਪੱਖੀ ਪੈਟ ਕਾਂ ਵੀ ਲਾਂਗਨ ਭਾਜਪੀ ਦੇ ਰਾਜ ਸਭਾ ਸੰਸਦ ਇੰਜੀਨੀਅਰ ਗੁਲਾਮ ਅਲੀ ਖਟਾਨਾ ਔਰ ਅਜੇ ਰੱਖਿਆ ਤੇ ਸੈਲਸਫਾ ਵਿਭਾਗ ਦੇ ਕੇਂਦਰੀ ਰਾਜ ਮੰਤਰੀ ਅਜੇ ਭਟੂਨ ਦੇ ਕੰਨੇ ਨਵੀਂ ਦਿੱਲੀ ਚ ਮਲਾਟੀ ਲਾਈਏ ਜੰਮੂ ਕਸ਼ਮੀਰ ਦੇ ਹਾਲਾਤ ਬਾਰੇ ਗੱਲਬਾਤ ਕੀਤੀ ਸੰਸਦੋ ਰੇ ਪਾਕਿਸਤਾਨ ਪਾਸਿਯਾ ਲਗਾਤਾਰ ਚਾਰੀ ਅਤੰਕਵਾਦ ਖਾਸ ਤੌਰ ਉਪਰ ਬੰਨੇ ਵਾਲੇ ਰਜੋਰੀ ਤੇ ਪੁੰਛ ਜ਼ਿਲ੍ਹੇ ਚ ਉਕਸਾਵੇ ਵਾਲੀ ਕਾਰਵਾਈਆਂ ਕੰਨੇ ਔਰ ਸਖਤੀ ਨਾਲ ਨਿਭੜਨੇ ਪਰ ਜ਼ੋਰ ਪਾਇਆ ਉਨੇ ਆਖਿਆ ਜੇ ਬਿਸ਼ੱਕ ਪਾਕਿਸਤਾਨ ਚ ਗ੍ਰਹਿ ਯੁੱਧ ਦੇ ਔਲਾਦ ਬਣੇ ਦਿਨ ਪੀਬੀ ਗਵਾਂਡੀ ਮੁਲਕ ਆਪਣੀ ਮਾੜੀ ਹਰਕਤें ਧਮਾਬਾਜ਼ ਨਹੀਂ ਆ ਵਰਦਾ ਤੇ ਆਪਣੀ ਨਾਕਾਮੀ ਛਪੈਲਣੇ ਵਾਸਤੇ ਲਗਾਤਾਰ ਜੰਮੂ ਕਸ਼ਮੀਰ ਚ ਖਲਲ ਪਾਣਾ ਚਾਹੁੰਦਾ ਹੈ ਤਾਂ ਜੇ ਉਹ ਆਪਣੇ ਕਰੇਲੂ ਮਾਮਲੇ ਕੋਲਾ ਆਪਣੀ ਜਨਤਾ ਦਾ ਧਿਆਨ ਹਟਾਈ ਸਕੇ ਘਟਾਨਾ ਉਰਿਆਖੇ ਜੇ ਜੰਮੂ ਕਸ਼ਮੀਰ ਚ ਲੁਆਈ ਜਾ ਕਰਦੀ ਜੀ 20 ਦੀ ਬੈਠਕ ਪਾਕਿਸਤਾਨ ਦੀ ਅੱਖਾਂ ਚ ਰੜਕਾਰਦੀ ਹੈ ਤੇ ਉਹ ਪਾਕਿਸਤਾਨ ਖੁੱਲੇ ਤੋਰੇ ਪ੍ਰਸਾਰ ਕਾਰਜਕ੍ਰਮ ਦੀ ਧਮਕੀਆਂ ਦਿਹਾਰਤਾ ਹੈ ਸੰਸਦ ਦੁਰੀ ਮੇਜ਼ਾਰ ਕੀਤੀ ਜੇ G20 ਦੀ ਬੈਠਕ ਜੰਮੂ ਕਸ਼ਮੀਰ ਚ ਸੈਲਸਫਾ ਦਾ ਨਮਾ ਦੌਰ ਸ਼ੁਰੂ ਕਰੋ ਗਤੇ ਇਥੇ ਵਿਦੇਸ਼ੀ ਸਲਾਨੀਆ ਦੀ ਆਮਦ ਹੋਰ ਬਦੀ ਜਾਗ ਰਸੈਨੇ ਤੇ ਐਲ ਸਰਬੰਧੀ ਕੇਂਦਰੀ ਮੰਤਰੀ ਡਾਕਟਰ ਮਨਸੂਖ ਮੰਡਵਯੋਰੀ ਆਖਿਆ ਜੇ ਅੰਮ੍ਰਿਤ ਕਾਲ ਵਾਲੇ ਸਮੇਤ ਰਣ ਭਾਰਤ ਦਾ ਵਿਕਾਸ ਪਰਿਆਵਰਣ ਦੇ ਅਨੁਕੂਲ ਸਾਫ ਸਵੱਛ ਟਿਕਾਊ ਤੇ ਵਿਸ਼ਵਸਨੀਯ ਹੋਗ ਉਨੀ ਅਖਿਆਜੇ ਭਾਰਤ ਮਾਲ ਤਿਆਰ ਕਰਨ ਦੇ ਮਾਮਲੇ 'ਚ ਕੁਲ ਸੰਸਾਰੀ ਸਤਾ ਦੇ ਇੱਕ ਵੱਡੇ ਕੇਂਦਰ ਦੇ ਤੌਰ ਪਰ ਉਭਰੀ ਹੈ ਸਾਹਮਣੇ ਆਵਰਦ ਹੈ ਤੇ ਮੁਲਖ 'ਚ ਤੇ ਖਾਸ ਕਰੀਏ ਰਸਾਇਣੇ ਤੇ ਪੈਟਰੋਕੈਮੀਕਲ ਦੇ ਖੇਤਰ 'ਚ ਰਾਸ਼ ਪੂੰਜੀ ਲਾਣੇ ਦਾ ਇਹ ਸਭ ਨੇ ਸ਼ ਬਿਹਤਰ ਸਮਾਂ ਆਇਆ ਅਜਨਵੀ ਦਿੱਲੀ 'ਚ ਏਸ਼ੀਆ ਪੈਟਰੋਕੈਮੀਕਲਜ਼ ਇੰਡਸਟਰੀਜ਼ ਫੋਰਮ ਕੀ ਸੰਬੋਧਿਤ ਕਰਤੀ ਹੋਈ ਡਾਕਟਰ ਮੰਡਵ ਯੋਨੇ ਪਿਆਲ ਤੜੰਗ ਦੀ ਗੁਜ਼ਾਰਿਸ਼ ਕੀਤੀ ਜਿਓ ਪਰਿਆਵਰਣ ਦੇ ਅਨੁਕੂਲ ਤੌਰ ਤਰੀਕਿਆਂ ਕੰਨੇ ਕੰਮ ਕਰਦੀ ਹੋਈ ਬ੍ਰਾਂਡ ਇੰਡੀਆ ਕੀ ਤਕੜਾ ਬਣਾਉਣੇ ਪ੍ਰਤੀਯਾਨ ਕੇਂਦ੍ਰਿਤਕਰਨ ਉਨੀਆਂ ਆਖਿਆ ਜੇ ਸਰਕਾਰ ਨੇ ਮੁਲਕ ਚ ਉਦਯੋਗਿਕ ਗਤੀਵਿਧੀਆਂ ਕੀ ਵਿੜਾਵਾ ਦੇਣੇ ਆਸਤੇ ਕਈ ਈਲੇ ਕੀਤੇ ਨ ਇਸ ਮੌਕੇ ਬੋਲਦੀ ਹੋਈ ਪੈਟਰੋਲੀਅਮ ਤੇ ਕੁਦਰਤੀ ਗੈਸ ਸੇ ਸਰਬੰਦੀ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀਓ ਨੇ ਆਖਿਆ ਜੇ ਮੁਲਕ ਪੈਟਰੋਕੈਮੀਕਲ ਦੇ ਖੇਤਰ ਚ ਮਹੱਤਵਪੂਰਨ ਪਹਿਲ ਕਦਮੀਆਂ ਦਾ ਗਵਾਹ ਬਨਾਰਤਾ ਹੈ ਉਨੀਆਂ ਆਖਿਆ ਜੇ ਭਾਰਤ ਦੁਨੀਆ ਪਰ ਅਜ ਤੇਜ਼ ਰਫਤਾਰ ਕਰਨੇ ਅੱਗੇ ਵਧਾ ਕਰਦੀ ਅਰਥਵਿਵਸਥਾ ਹੈ ਤੇ ਪੈਟਰੋਕੈਮੀਕਲ ਦੇ ਖੇਤਰ ਚ ਓਕੜੀ ਸਮਰਥਤ ਮੌਜੂਦ ਹੈ ਜਿਹਦੇ ਦਮ ਉਪਰ ਭਾਰਤ ਕੁਲ ਸੰਚਾਰੀ ਸੱਤੇ ਪਰ ਇੱਕ ਮਹੱਤਵਪੂਰਨ ਕੇਂਦਰ ਬਣੀ ਸਕਦਾ ਹੈ G20 शिखर सम्मेलन दौरान डेलीगेटिंग की परोसी जाने वाली खिलाड़ियां ਲਈ ਅੱਜ ਉਦਮਪੁਰ ਥਮਾ ਇੱਕ ਟੀਮ ਸ਼੍ਰੀਨਗਰ ਲਈ ਰਵਾਨਾ ਹੋਈ। ਧਿਆਨ ਚੋਗਿਆ ਜੀ ਅਗਲੇ ਹਫਤੇ ਸ਼੍ਰੀਨਗਰ ਤੋਂ ਜਾਂਦੇ G20 शिखर सम्मेलन दौरान ਉਦਮਪੁਰ ਜ਼ਿਲ੍ਹੇ ਦੀ ਮਸ਼ਹੂਰ ਖਿਡਾਰੀ ਪਰੋਸੀ ਜਾਣੀ ਹੈ। ਖਿਡਾਰੀ ਦੀ ਕੁਲ ਸੰਸਾਰੀ ਸੱਤੇ ਪਰ ਬੜਾਵਾ ਦੇਣ ਦੇ ਮਕਸਦ ਕਰਨ ਪਾਰਤ ਸਰਕਾਰ ਤੇ ਜੰਮੂ ਕਸ਼ਮੀਰ ਪ੍ਰਸ਼ਾਸਨ ਪਾਸਿਆਂ ਇਹ ਪਹਿਲ ਕਦਮੀ ਕੀਤੀ ਗਈ ਹੈ। ਉਦਮਪੁਰ ਜ਼ਿਲ੍ਹੇ ਚ ਮਹਿਲਾ ਕਈ ਦਾਖੇ ਥਮਾ ਖਿਡਾਰੀ ਤਿਆਰ ਕਰਨ ਦੇ ਕੰਮਾਂ ਚ ਲੱਗ ਗਈਆਂ ਹਨ। इस बारे साढ़े जिला संवाददाता उम्मीद दे मैनेजर नरेश माथुर और मुझे ये बताते हुए काफी खुशी महसूस हो रही है कि हमारे मिशन डायरेक्टर श्रीमती इंदू कंवल मैम और हमारे मिशन डायरेक्टर मृदु सलाथिया जी की के डायरेक्शन के अंदर हमारे जो उधमपुर की कलाड़ी है जो एस एस वुमेन्स बनाती हैं वो जी ट्वेंटी में प्रेजेंट होने जा रही है और ये पूरे जिला के लिए पूरे जम्मू कश्मीर के लिए और पर्टिकुलर जम्मू डिवीजन के लिए बहुत ही खुशी की बात है कि हमारे यहाँ का लोकल प्रोडक्ट जो है पूरी दुनिया देखेगी जो अभी तक जो है दुनिया की नजरों से छुपा हुआ था जो दुनिया उसके बारे में बहुत कम जानती थी और वो पूरी दुनिया में दिखेगा कि कलाड़ी एक प्रोडक्ट है हमारी लोकल इकोनॉमी को फायदा होगा साढ़े संवाददाता ने आप सहायता समूह की किस महिलाएं करने भी इस बारे गल की थी नमस्कार मेरा नाम पूजा है मैं ब्लॉग चनेरी से हूं हमें बहुत गर्व की बात है कि हमारी कलाड़ी डोगरा कला है हमारे यहां लोकल लेवल पर कलाड़ी बिकती थी और आज हमारे G20 तक जा रही है हमारी कलाड़ी और प्रधानमंत्री जी का भी बहुत-बहुत शुक्रिया अदा करेंगे और जितेंद्र सर का भी बहुत-बहुत शुक्रिया अदा करेंगे ये गरीब महिलाएं जो घर में काम करती थी आज वो अच्छे लेवल पे पहुंच रही हैं धीरे-धीरे और हमें बहुत गर्व है इस बात का ਰਜੌਰੀ ਦੇ ਜ਼ਿਲ੍ਹਾ ਵਿਕਾਸ ਕਮਿਸ਼ਨਰ ਵਿਕਾਸ ਕੁੰਡਲੋ ਨੇ ਕਾਲੀਕ ਮੀਟਿੰਗ ਲਈਏ ਜ਼ਿਲ੍ਹੇ ਚ ਬਣਾਏ ਜਾ ਰਹੇ ਅੰਗਣਵਾੜੀ ਕੇਂਦਰਾਂ ਦੇ ਨਿਰਮਾਣ ਕੰਮੇ ਦਾ ਜਾਇਜ਼ਾ ਲਇਆ ਮੀਟਿੰਗ ਚ ਦੱਸਿਆ ਗਿਆ ਜੇ ਜ਼ਿਲ੍ਹੇ ਚ ਬਣਾਏ ਜਾ ਰਹੇ ਬਿੰਗੇ ਅੰਗਣਵਾੜੀ ਕੇਂਦਰਾਂ ਚੋਂ 12 ਦਾ ਕੰਮ ਸਬੂਰਾ ਹੋਇਆ ਹੈ ਤੇ 8 ਅੰਗਣਵਾੜੀ ਕੇਂਦਰਾਂ ਦਾ ਕੰਮ ਅਖੀਰਲੇ ਮਰਲੇ ਚ ਹੈ ਡੀਸੀ ਹੋਰੇ ਨਿਰਮਾਣ ਕੰਮ ਤੇਜ਼ੀਆ ਕਰਨੇ ਸਬੂਰਾ ਕਰਨੇ ਦਾ ਹੁਕਮ ਦਿੱਤਾ ਤਾਂ ਜੇ ਬੱਚੇ ਕੀ ਤੌਲੇ ਸ਼ਾ ਤੌਲੇ ਇੰਦਾ ਫਾਇਦਾ ਆਸਲ ਹੋਈ ਸਕੇ ਇਹ ਖਬਰਾਂ ਤੁਸ ਆਕਾਸ਼ਵਾਣੀ ਜੰਮੂ ਤਵਾ ਸੁਨਾਰਤਿਓ ਬਾਕੀ ਦੀਆਂ ਖਬਰਾਂ ਕਰਨਾ ਮਨੋ ਰੱਖਿਆ ਮੰਤਰਾਲੇ ਨੇ ਆਖਿਆ ਹੈ ਜੇ ਮਾਲੀ ਬਰੇ 2022-23 ਦੌਰਾਨ ਮੁਲਕ ਦੇ ਰੱਖਿਆ ਉਤਪਾਦਨ ਦਾ ਖੇਤਰ ਪਹਿਲੀ ਵਾਰ ਹੀ 1 ਲੱਖ ਕਰੋੜ ਰੁਪਏ ਦੇ ਅੰਕੜੇ ਕੀ ਪਾਰ ਕਰੀ ਗਿਆ ਹੈ ਮੰਤਰਾਲੇ ਮੁਜਬ ਇਹਦੇ ਚ ਅਜੇ ਹੋਰ ਵੀ ਵਾਅਦਾ ਹੁਣੇ ਦੇ ਸੰਭਾਵਨਾ ਹੈ ਪਿਛਲੇ ਬਰੇ ਦੇ ਮੁਕਾਬਲੇ ਇਸ ਬਰੇ ਰੱਖਿਆ ਉਤਪਾਦਨ ਦੇ ਖੇਤਰ ਚ 12 ਫੀਸਦੀ ਕੋਲਾ ਮਤੇਦਾ ਵਾਧਾ ਦਰਜ ਕੀਤਾ ਗਿਆ। ਇੱਕ ਬਿਆਨ ਚ ਮੰਤਰਾਲੇ ਨੇ ਆਖਿਆ ਹੈ ਜੇ ਸਰਕਾਰ ਰੱਖਿਆ ਉਦਯੋਗ ਕੰਨੇ ਰਲिए ਲਗਾਤਾਰ ਕੰਮ ਕਰਾ ਦਿਆ ਹੈ ਤੇ ਮੁਲਕ ਚ ਰੱਖਿਆ ਉਤਪਾਦਨ ਕੀ ਖਰਾਮਤਾ ਵਡਾਵਾ ਦਿਆ ਰਹੀ ਹੈ। ਮੰਤਰਾਲੇ ਮੁਜਬ ਰੱਖਿਆ ਦੇ ਖੇਤਰ ਚ ਆਂਦੀ ਗਏ ਦੀ ਨਵੀਂ ਨੀਤੀਆਂ ਕੰਨੇ ਪਿਛਲੇ 7-8 ਬਰੇ ਦੌਰਾਨ ਉਦਯੋਗਾਂ ਕੀ ਜਾਰੀ ਕੀਤੇ ਗਏ ਦੇ ਰੱਖਿਆ ਲਾਇਸੈਂਸਿੰਗ ਦੀ ਗਿੰਤਰੀ ਚ ਤਕਰੀਬਨ 200 ਫੀਸਦੀ ਦਾ ਵਾਧਾ ਹੋਇਆ ਹੈ। ਇਨੇ ਇਲੈਂਡ ਦੇ ਸੇ ਦੇ ਰੱਖਿਆ ਉਦਯੋਗ ਦੇ ਸਰਬੰਧੀ ਤੰਤਰਗੀ ਖਰਾ ਮਤਾ ਬਲ ਦਿੱਤਾ ਹੈ ਤੇ ਕੰਮ ਰੋਜ਼ਗਾਰ ਦੇ ਵੀ ਨਵੇਂ ਮੋਕੇ ਪੈਦਾ ਕੀਤੇ ਨੇ ਵਿਗਿਆਨ ਤੇ ਟੈਕਨੋਲੋਜੀ ਮਹਿਕਮੇ ਦੇ ਰਾਜ ਮੰਤਰੀ ਡਾਕਟਰ ਜਤਿੰਦਰ ਸਿੰਘ ਉਰੇ ਸ਼ੰਗਾਈ ਸਹਿਯੋਗ ਸੰਗਠਨ ਦੇ ਮੁਖੇ ਵਿਸ਼ਕਾਰ ਵਿਗਿਆਨ ਟੈਕਨੋਲੋਜੀ ਤੇ ਨਵੀਂ ਕਾਢ ਦੇ ਖੇਤਰ ਚ ਸਾਂਝ ਸਹਿਯੋਗ ਦੇ ਮਤ ਉਪਰ ਬਲ ਦਿੱਤਾ ਹੈ ਐਸ ਸੀਓ ਦੇ ਸਦਸੇ ਮੁਲਕਿਆਂ ਦੇ ਵਿਗਿਆਨ ਤੇ ਟੈਕਨੋਲੋਜੀ ਮੰਤਰੀਆਂ ਤੇ ਏਜੰਸੀਆਂ ਦੇ ਪ੍ਰਮੁਖਿਆਂ ਦੀ 7ਵੀਂ ਬੈਠਕ ਗਈ ਵਰਚੁਅਲ ਤਰੀਕੇ ਕੰਨੇ ਸਮੋਦਿਤ ਕਰਦੀ ਹੋਈ ਮੰਤਰੀ ਹੋਰੇ ਆਖਿਆ ਜੇ ਭਾਰਤ ਮੌਜੂਦਾ ਚੁਣੌਤੀਆਂ ਕੀ ਹੱਲ ਕਰਨ ਲਈ ਸਦਸੇ ਮੁਲਕਾਂ ਕਨੇ ਰਲিয়ে ਕੰਮ ਕਰਨ ਲਈ ਤਿਆਰ ਹੈ ਉਹਨੇ ਆਖਿਆ ਜੇ ਭਾਰਤ ਦਾ ਲਕਸ਼ਯ ਟਿਕਾਊ ਵਿਕਾਸ ਕੀ ਬੜਾਵਾ ਦੇਣਾ ਹੈ ਤੇ ਯੂਰਪ ਤੇ ਏਸ਼ੀਆ ਦੇ ਮੁਲਕਾਂ ਵਿਚਕਾਰ ਸਾਂਝਾ ਯੋਗ ਬਦਾਨਾ ਹੈ ਸ਼ੀਰਿੰਗਰ ਚ ਓਨਜਾਰ ਦੀ G20 ਦੀ ਬੈਠਕ ਚ ਓਨ ਕਿਸ਼ਕੇ ਤਿਆੜੇ ਬਚੇ ਦਿਨ ਦਾ এলিਫੈਂਟ ਵਿਸਪਰਸ ਨਾ ਦੀ ਫਿਲਮ ਦੀ ਨਿਰਮਾਤਾ ਗੁਨੀਤ ਮੂੰਗਾਉਰੇ ਇਸ ਸਰਬੰਦੇ ਚ ਆਪਣਾ ਉਸਾ ਟਵਿੱਟਰ ਪਰ ਇੱਕ ਵੀਡੀਓ ਸੰਦੇਸ਼ ਦੇ ਰਾਹੀਂ ਬਿਆਨ ਕੀਤਾ ਹੈ ਉਹਨੇ ਆਖਿਆ ਜੇ ਕਸ਼ਮੀਰ ਲਈ ਉਹਦੇ ਦਿਲਾਂ ਚ ਇੱਕ ਖਾਸ ਥਾਰ ਹੈ ਉਹਨੇ ਆਖਿਆ ਜੇ ਓਨ ਜਿਸਲੇ G20 ਦਾ ਸੰਮੇਲਨ ਕਸ਼ਮੀਰ ਚ ਓਨਜਾਰ ਦਾ ਹੈ ਇਹ ਵਾਕਈ ਕਈ ਮਾਇਨੇ ਚ ਸ਼ਾਨਦਾਰ ਹੈ ਕਿ ਜੇ ਦੁਨੀਆ ਭਰੇ ਚ ਇਸ ਦੌਰਾਨ ਕਸ਼ਮੀਰ ਦੀ ਖੂਬਸੂਰਤੀ, ਸਾਂਸਕ੍ਰਿਤਿਕ ਵਿਰਾਸਤ ਤੇ ਉਥੋਂ ਦੇ ਲੋਕਾਂ ਦੀ ਖਾਸੇ ਤਵੱਜੂ ਦੇਖਣੇ ਦਾ ਮੌਕਾ ਥੋਗ। ਉਹਨੇ ਆਖਿਆ ਜੇ ਹੁੰਦਾ ਸੁਖਣਾ ਹੈ ਜੇ ਉਹ ਡਲਜੀਲ ਚ ਜਾਈਏ ਫਿਲਮ ਦੀ ਸ਼ੂਟਿੰਗ ਕਰਨ ਤੇ ਉਹਨੇ ਕੀ ਉਮੀਦ ਹੈ ਜੇ ਹੁੰਦਾ ਸੁਖਣਾ ਜ਼ਰੂਰ ਪੂਰਾ ਹੋਗ। ਪਰ ਤੇ ਸੰਯੁਕਤ ਰਾਸ਼ਟਰ ਮਹਾਸਭਾ ਗੇ ਜਾਣਕਾਰੀ ਦਿੱਤੀ ਹੈ ਜੇ ਉਹ ਇੱਕ ਐਸਾ ਕਾਰਜਕ੍ਰਮ ਵਿਕਸਿਤ ਕਰਾਦਾ ਹੈ ਜਿਹੜਾ ਸਬਨੇ ਕਰੋਪੀਏ ਜੀਆਂ ਆੜ ਪੁੰਚਾਲ ਲਾਸ ਪਸੀਆਂ ਤੇ ਸ਼ਮਾਨੀ ਬਿਜਲੀ ਪੋਣੇ ਕਰੀ ਉਹਨੇ ਵਾਲੇ ਨੁਕਸਾਨੇ ਦਾ ਜੋਖਮ ਘਟਕ ਰੋਗ ਪ੍ਰਧਾਨ ਮੰਤਰੀ ਹੁੰਦੇ ਪ੍ਰਧਾਨ ਸਚਿਵ ਪੀ ਕੇ ਮਿਸ਼ਰਾਵ ਰੇ ਆਖਿਆ ਇਹ ਜੇ ਭਾਰਤ ਆਪਦਾਨ ਦੇ ਜੋਖਮ ਦੀ ਘਟਕ ਕਰਨੇ ਸਰਬੰਦੀ ਮਾਮਲੇਗੀ ਸਬਨੇ ਸ਼ਾ ਮਤਾ ਮਤਵ ਦਿੰਦਾ ਹੈ ਉਹਨੇ ਇਹ ਵੀ ਆਖਿਆ ਜੇ ਭਾਰਤ ਨੇ ਆਪਦਾਨ ਦੇ ਜੋਖਮ ਦੀ ਘਟਕ ਕਰਨੇ ਲਈ ਜਾਰੀ ਉਹਨੇ ਵਾਲੇ ਰਕਮ ਚ ਵੀ ਖਰਾ ਮਤਾ ਬਾਦਾ ਕੀਤਾ ਹੈ ਮਿਸ਼ਰਾਵ ਨੇ ਇਹ ਗੱਲ ਸੰਯੁਕਤ ਰਾਸ਼ਟਰ ਹੈਡਕੁਆਰਟਰ ਚ ਲੁਵਾਈ ਗਏ ਦੀ ਇੱਕ ਉੱਚੇ ਸਦੇ ਦੀ ਬੈਠਕ ਦੌਰਾਨ ਬੋਲਦੇ ਹੋਏ ਆਖੀ ਉਹਨੇ ਆਖਿਆ ਜੇ ਭਾਰਤ ਨੇ ਆਪਦਾਨ ਸਰਬੰਧੀ ਜੋਖਮ ਦੀਆਂ ਤਿਆਰੀਆਂ ਪ੍ਰਕਿਰਿਆ ਪੁਨਰ ਬਹਾਲੀ ਤੇ ਪੁਨਰ ਨਿਰਮਾਨ ਲਈ ਕਈ ਇਤਿਹਾਸਿਕ ਬਦਲਾਅ ਵੀ ਆਂਦੇ ਨੇ ਤੋਲੇ ਚੇਤਾਵਨੀ ਵਾਲੀ ਪ੍ਰਣਾਲੀ ਦੇ ਮਹੱਤਵ ਉਪਰ ਲੋ ਪਾਉਂਦੇ ਹੋਏ ਮਿਸ਼ਰਾਵ ਨੇ ਆਖਿਆ ਜੇ ਭਾਰਤ ਇਸ ਸਰਬੰਧਾ ਚ ਬੜੀ ਸਰਗਰਮੀ ਕੰਨੇ ਕੰਮ ਕਰਾਦਾ ਹੈ ਅਖੀਰ ਚ ਖਾਸ ਖਾਸ ਖਬਰਾਂ ਇੱਕ ਬਾਰੀ ਪੜਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰ ਜਾਪਾਨ ਪਾਪੂਆ ਨਿਯੁਗਨੀ ਤੇ ਆਸਟ੍ਰੇਲੀਆ ਦੇ ਦੌਰੇ ਤਹਿਤ ਅੱਜ ਹਿਰੋਸ਼ਿਮਾ ਪੁੱਜੀ ਕੇਨ ਜਿੱਥੇ ਉਹ ਜੀ7 ਸ਼ਿਖਰ ਸੰਮੇਲਨ ਚ ਸਾਲੰਗਨ ਪ੍ਰਧਾਨ ਮੰਤਰੀ ਉਨੇ ਆਖਿਆ ਜੇ ਜੀ7 ਸ਼ਿਖਰ ਸੰਮੇਲਨ ਚ ਦੀ ਮੌਜੂਦਗੀ ਇਸ ਕਰੀਏ ਮਤੀ ਮੱਤ ਪੂਰਨ ਕਿ ਜੇ ਭਾਰਤ ਇਸ ਬਰੇ ਜੀ20 ਸਮੂਹ ਦੀ ਪ੍ਰਦਾਨਤਾ ਕਰਾਰਤਾ ਮਾਲੀ ਬਰੇ 2023 ਦਰਾਂਨ ਮੁਲਕ ਚ ਰੱਖਿਆ ਉਤਪਾਦਨ ਦਾ ਖੇਤਰ ਪਹਿਲੀ ਵਾਰ ਹੀ 1 ਲੱਖ ਕਰੋੜ ਰੁਪਏ ਦੇ ਆਂਕੜੇ ਕੀ ਪਾਰ ਕਰੀ ਗਿਆ ਕੇਂਦਰੀ ਮੰਤਰੀ ਡਾਕਟਰ ਜਤਿੰਦਰ ਸਿੰਘ ਗੋਰੀ ਸ਼ੰਘਾਈ ਸਹਿਯੋਗ ਸੰਗਠਨ ਦੇ ਮੁੱਖ ਵਿਸ਼ਕਾਰ ਵਿਗਿਆਨ ਟੈਕਨੋਲੋਜੀ ਤੇ ਨਵੀਂ ਕਾਢ ਦੇ ਖੇਤਰ ਚ ਸਾਂਝੇਜੋਗ ਦੇ ਮੱਤ ਪਰ ਚੇਚਾ ਬਲ ਦਿੱਤਾ ਹੈ ਇਹ ਦੇ ਕੰਨੇ ਗਾ ਖਬਰਿੰਦਾ ਇਹ ਬੁਲੇਟਿਨ ਸਮਾਪਤ ਹੋਗਾ